ਥਾਣਾ ਦਸੂਹਾ ਦੇ ਐਸ ਐਚ ਓ ਹਰਪ੍ਰੀਤ ਸਿੰਘ ਹੋਣਾ ਦੀ ਮਿਹਨਤ ਸਦਕਾ ਬਹੁਤ ਵੱਡੀ ਪ੍ਰਾਪਤੀ ਹੋਈ ਹੈ। ਦੋ ਲੜਕੇ ਅਸੀਂ ਗ੍ਰਿਫਤਾਰ ਕੀਤੇ ਨੇ ਜਿਹਨਾਂ ਦੇ ਕੋਲੋਂ ਸੱਤ ਵਹੀਕਲ, ਜਿਹਨਾਂ ਵਿੱਚ ਦੋ ਐਕਟਿਵਾ ਅਤੇ ਪੰਜ ਮੋਟਰਸਾਈਕਲ ਨੇ। ਇੱਕ ਜਿਹੜਾ ਇਨਵਰਟਰ ਦੀ ਜਿਹੜਾ ਵੱਡਾ ਬੈਟਰੀ ਹੁੰਦਾ ਉਹ ਬਰਾਮਦ ਕੀਤਾ ਹੋਇਆ। ਦੋਨਾਂ ਹੀ ਮੁਲਜ਼ਮਾਂ ਨੂੰ ਅਰੈਸਟ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਡੇ ਜ਼ਿਲ੍ਹੇ ਦੇ ਮਾਨਯੋਗ ਐਸ ਐਸ ਪੀ ਸ਼੍ਰੀ ਸੁਰਿੰਦਰ ਲਾਂਬਾ ਜੀ, ਐਸ ਪੀ ਡੀ ਸਰਦਾਰ ਸਰਬਜੀਤ ਸਿੰਘ ਬਾਈਆ ਜੀ ਦੇ ਦਿਸ਼ਾ ਨਿਰਦੇਸ਼ਾਂ ਜਿਹੜੀ ਸਪੈਸ਼ਲ ਕੰਪੇਨ ਭੈੜੇ ਅਨਸਰ ਖਿਲਾਫ਼ ਚਲਾਈ ਗਈ ਹੈ। ਥਾਣਾ ਦਸੂਹਾ ਦੇ ਐਸ ਐਚ ਓ ਹਰਪ੍ਰੀਤ ਸਿੰਘ ਹੋਣਾ ਦੀ ਮਿਹਨਤ ਸਦਕਾ ਬਹੁਤ ਵੱਡੀ ਪ੍ਰਾਪਤੀ ਹੋਈ ਹੈ। ਦੋ ਲੜਕੇ ਅਸੀਂ ਗ੍ਰਿਫਤਾਰ ਕੀਤੇ ਨੇ ਜਿਹਨਾਂ ਦੇ ਕੋਲੋਂ ਸੱਤ ਵਹੀਕਲ, ਜਿਹਨਾਂ ਵਿੱਚ ਦੋ ਐਕਟਿਵਾ ਅਤੇ ਪੰਜ ਮੋਟਰਸਾਈਕਲ ਨੇ। ਇੱਕ ਜਿਹੜਾ ਇਨਵਰਟਰ ਦੀ ਜਿਹੜਾ ਵੱਡਾ ਬੈਟਰੀ ਹੁੰਦਾ ਉਹ ਬਰਾਮਦ ਕੀਤਾ ਗਿਆ। ਦੋਨਾਂ ਹੀ ਮੁਲਜ਼ਮਾਂ ਨੂੰ ਅਰੈਸਟ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਰਿਕਵਰੀ ਹੋ ਸਕਦੀ ਹੈ। ਇਹ ਜਿਹੜੇ ਮੁਲਜ਼ਮ ਅਰੈਸਟ ਕੀਤੇ ਨੇ ਇਹਦੇ ਇੱਕ ਦੇ ਖਿਲਾਫ਼ ਪਹਿਲਾਂ ਹੀ ਅੱਠ ਮੁਕੱਦਮੇ ਦਰਜ ਨੇ ਚੋਰੀ ਦੇ, ਐਂਡ ਦੂਜੇ ਦੇ ਖਿਲਾਫ਼ ਜਿਹੜੇ ਤਿੰਨ ਮੁਕੱਦਮੇ ਦਰਜ ਨੇ।